ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ ਨੂੰ ਹੋਪਫੁਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਅੱਜ ਦਾ ਵਲੋਗ ਆਪਣਾ ਹੈਗਾ ਵੀ ਆਪਾਂ ਲੱਗੇ ਹਾਂ ਹਾਈਲਾਈਟ ਕਰਨ ਘਰ ਵਿੱਚ ਕਿੱਦਾਂ ਕਰ ਸਕਦੇ ਹਾਂ ਅਤੇ ਸਲੂਨ ਤਾਂ ਹੈਗਾ ਪਰ ਮੈਂ ਸਲੂਨ 'ਚ ਨਹੀਂ ਹਾਲੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਗੀ ਅਤੇ ਮੈਂ ਨੀਚੇ ਹੀ ਹਾਈਲਾਈਟ ਲੱਗੀ ਹਾਂ ਕਰਨ ਅਤੇ ਮੈਂ ਕਿਹਾ ਸੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੀ ਵਲੋਗ ਕਿਉਂਕਿ ਮੈਨੂੰ ਹਸਾਈ ਜਾਂਦੇ ਸੀ ਉੱਧਰੋਂ ਮੇਰੀ ਭਾਬੀ ਕਹਿੰਦੀ ਜਬ ਤੂੰ ਸਤਿ ਸ਼੍ਰੀ ਅਕਾਲ ਬੁਲਾਉਣ ਚੱਲੀ ਬਾਹਰ ਜਾ ਕੇ ਬੁਲਾ ਲਾ ਆ ਗਲੀ ਭਾਬੀ ਸੀਮਾ ਰਾਣੀ ਬੜੀ ਸਿਆਣੀ ਸਤਿ ਸ਼੍ਰੀ ਅਕਾਲ ਅਤੇ ਉੱਧਰੋਂ ਦੋ ਜਣੇ ਵਿਖਾਵਾਂ ਬੂਟ ਹੀ ਰਗੜੀ ਜਾਂਦੇ ਜੇ ਨਹੀਂ ਗਾੜੀ ਵਿਆਹ ਚੱਲੇ ਦੋਵੇਂ ਜਣੇ ਨਹੀਂ ਕਿੱਡਾ ਦੋ ਦੋ ਡੇ ਜੇ ਬੂਟ ਫੇਰਨ ਬਸ 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 ਲੰਗਰ ਤੇ ਖਤਮ ਹੋ ਗਿਆ ਹਾਏ ਤੇ ਆਹੀ ਬੂਟਾਂ ਦੇ ਪਾਲਚ ਮਾਰਦੇ ਰਹਿੰਦੇ ਜੇ ਨਹੀਂ ਉਹ ਦੂਜੇ ਦੇ ਦੂਜੇ ਬੂਟਾਂ ਦੇ ਇੰਨੀ ਟੌਰ ਕੱਢੀ ਤੁਸੀਂ ਹੈ ਵੇਖ 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 ਵਾਲ ਤੇ ਇਹਦਾ ਮੂੰਹ ਵੇਖੋ ਉਹਦਾ ਮੂੰਹ ਵੇਖ ਮੂੰਹ ਖਾਇਓ ਆਪਣੇ ਨਹੀਂ ਤੁਹਾਨੂੰ ਸਾਸਰੀ ਸਾਸਰੀ ਕੋਲ ਬੁਲਾਉਂਦਾ ਰਿਵਾਜ਼ ਨਹੀਂ ਹੈਗਾ ਐਂ ਕਿਹੜੀ ਸਾਸਰੀ ਕਾਲ ਹੁੰਦੀ ਹਾਂ ਤੂੰ ਪੜਦੇ ਪਿੱਛੇ ਕਿਉਂ ਲਿਖਣਾ ਬੱਤੀ ਬੰਦ ਕਰ ਤੇ ਚੱਲ ਬਾਹਰ ਜਿੱਥੇ ਚੱਲਿਆ ਚੱਲ ਜਾ ਸਤਿ ਸ਼੍ਰੀ ਅਕਾਲ ਬਰਾਦੇ ਹਾਏ ਬੱਤੀ ਨਾ ਬੰਦ ਕਰੋ ਚੱਲ ਚਾਦਰ ਜਾ ਪਤਾ ਨਹੀਂ ਕੀ ਆਪਣੇ ਆਪਣੇ ਬੜਾ ਉਸਤਾਦ ਸਮਝਦਾ ਹੀ ਸਰ ਅਹੀਂ ਚਲੋ ਹੁਣ ਆਪਾਂ ਲੱਗੇ ਹਾਂ ਵਾਲ ਸਟਾਰਟ ਕਰਨ ਹੈਡ ਵਾਸ਼ ਆਪਾਂ ਕਰਾ ਲਿਆ ਸੀ ਅਤੇ ਸਪਾ ਵਗੈਰਾ ਕੁਝ ਨਹੀਂ ਯੂਜ਼ ਕਰੀਦੀ ਜਸਟ ਕਲਾ ਸ਼ੈਂਪੂ ਨਾਲ ਆਪਾਂ ਹੈਡ ਵਾਸ਼ ਕਰ ਲੈਣਾ ਅਤੇ ਉਹਨੂੰ ਡਰਾਇਰ ਹੋ ਗਿਆ ਹੁਣ ਸਭ ਤੋਂ ਪਹਿਲਾਂ ਆਪਾਂ ਆਪਣਾ ਪ੍ਰੋਸੈਸ ਸਟਾਰਟ ਕਰਾਂਗੇ ਹਾਈਲਾਈਟ ਦਾ ਸਹੀ ਵੀ ਜਦੋਂ ਆਪਾਂ ਹਾਈਲਾਈਟ ਕਰਨੇ ਹਾਂ ਅਤੇ ਆਪਾਂ ਕੋਈ ਵੀ ਸਪਾ ਜਾਂ ਕੰਡੀਸ਼ਨ ਨਹੀਂ ਲਾਉਣਾ ਸਿੰਪਲ ਆਪਾਂ ਸ਼ੈਂਪੂ ਕਰਨਾ ਵਾ ਫਿਰ ਦੈਨ ਆਪਾਂ ਡਰਾਇਰ ਕਰ ਲਿਆ ਵਾਲ ਡਰਾਈ ਕਰਕੇ ਅਤੇ ਫਿਰ ਆਪਾਂ ਜਿਹੜਾ ਵੀ ਆਪਣਾ ਬਲੌਂਡਰ ਆ ਉਹਨੂੰ ਮਿਕਸ ਕਰਾਂਗੇ 40 ਨੰਬਰ ਡਿਵੈਲਪਰ ਨਾਲ ਜਿੰਨਾ ਹੋਊਗਾ ਜਿੱਦਾਂ 20% ਆਪਣਾ ਬਲੌਂਡਰ ਆ ਅਤੇ 20% ਹੀ ਆਪਾਂ ਡਿਵੈਲਪਰ ਵਿੱਚ 40 ਵਾਲਾ ਵੋਲੀਅਮ 40 ਵੋਲੀਅਮ ਆਪਾਂ ਯੂਜ਼ ਕਰਾਂਗੇ ਚਲੋ ਹੁਣ ਆਪਾਂ ਉਹਨੂੰ ਮਿਕਸ ਕਰਦੇ ਹਾਂ ਡਿਵੈਲਪਰ ਨੂੰ ਹੋ ਗਿਆ ਭਾਬੀ ਜਿੱਦਾਂ ਵੱਡੇ ਡਿਵੈਲਪਰ ਨੂੰ ਪਰ ਆਪਾਂ ਪਾਊਚ ਯੂਜ਼ ਕਰਦੇ ਵੀ ਉਹਨਾਂ ਕੀ ਯੂਜ਼ ਕਰੀਦਾ ਜਿੰਨਾ ਕਿ ਇਹਦਾ ਆਪਾਂ ਇੱਕ ਪਾਊਚ ਲਿਆ ਵਾ ਬਲੌਂਡਰ ਦਾ ਅਤੇ ਆਪਾਂ ਚੰਗੀ ਤਰ੍ਹਾਂ ਕੱਢ ਲਈਏ ਭਾਬੀ ਅੱਜ ਆਪਾਂ ਲੰਗਰ ਖਾਣ ਨਹੀਂ ਗਏ ਆਹ 40 ਨੰਬਰ ਡਿਵੈਲਪਰ ਆ ਇਹ ਆਪਾਂ 40 ਵੋਲੀਅਮ ਯੂਜ਼ ਕਰਾਂਗੇ ਬਲੌਂਡਰ ਵਿੱਚ ਜਿੰਨਾ ਬਲੌਂਡਰ ਉਹਨਾਂ ਆਪਾਂ ਡਿਵੈਲਪਰ ਯੂਜ਼ ਕਰਨਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਬੋਲਣ ਡਿਆ ਅਤੇ ਗਾਲਾਂ ਕੱਢਣ ਡਿਆ ਪਤਾ ਨਹੀਂ ਬਾਹਰ ਕੋਈ ਬੋਲਣ ਡਿਆ ਪਤਾ ਨਹੀਂ ਕੌਣ ਬੋਲਣ ਡਿਆ ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿੱਦਾਂ ਥਿੱਕ ਥਿੱਕ ਰਿਹਾ ਹੋਣਾ ਅਤੇ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਆਪਾਂ ਅਤੇ ਜ਼ਿਆਦਾ ਥਿੱਕ ਵੀ ਨਹੀਂ ਕਰਨਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਨਾਲ ਮੈਂ ਮਿਕਸ ਕਰ ਲਾਂ ਬਲੌਂਡਰ ਆਪਣਾ ਤਿਆਰ ਹੈ ਅਤੇ ਨਾਲ ਨਾਲ ਆਪਾਂ ਸਿਲਵਰ ਪੇਪਰ ਜਿਹੜਾ ਉਹਦੇ ਆਹ ਵਾਲੀ ਸਾਈਡ ਨਾਲ ਆਪਾਂ ਇਹਨੂੰ ਕਵਰ ਕਰਾਂਗੇ ਹਾਈਲਾਈਟਸ ਨੂੰ ਅਤੇ ਹੁਣ ਮੈਂ ਸੈਕਸ਼ਨ ਪਹਿਲਾਂ ਕੱਢ ਲਾਂ ਬੋਕਸ ਪਾਰਟ ਤੋਂ ਆਪਾਂ ਅਪਲਾਈ ਕਰਾਂਗੇ ਅਤੇ ਹੁਣ ਮੈਂ ਸੈਕਸ਼ਨ ਕੱਢਦੀ ਹਾਂ ਅਤੇ ਅਪਲਾਈ ਕਰਨ ਦੇ ਆਪਾਂ ਵਿਖਾਉਂਦੇ ਹਾਂ ਹਾਂਜੀ ਅਤੇ ਇੱਦਾਂ ਆਪਾਂ ਬੋਕਸ ਪਾਰਟ ਪੂਰਾ ਕੱਢ ਲਿਆ ਵਾ ਫਰੰਟ ਤੋਂ ਇੱਧਰੋਂ ਹਾਫ ਆਫ ਦਾ ਆਈਬ੍ਰੋ ਤੋਂ ਲਵਾਂਗੇ ਹਾਫ ਆਫ ਦਾ ਆਈਬ੍ਰੋ ਅੱਜ ਬੋਕਸ ਪਾਰਟ ਪੂਰਾ ਕੱਢ ਕੇ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਹਾਈਲਾਈਟ ਕਰਾਂਗੇ ਸੈਕਸ਼ਨ ਵਾਈਜ਼ ਫਿਰ ਫਰੰਟ ਵਾਈਜ਼ ਦੇਖਾਂਗੇ ਤੁਸੀਂ ਠੱਕ 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 ਕਿੱਡੀ ਲਾਈ ਪਤਾ ਨਹੀਂ ਕਿਹੜੇ ਮਸਾਲੇ ਵਾਲੀ ਚਾਹ ਬਣਾਉਣ ਲੱਗੇ ਜੇ ਹੈਂ ਅੱਛਾ ਕਿਆ ਯਾਦ ਕਰੇਂਗੇ ਓ ਮੇਰਾ ਮੇਰੀ ਸਪੀਡ ਵਧੂਗੀ ਹੈਨਾ ਭਾਬੀ ਇੱਕ ਮਿੰਟ ਫੜਿਓ ਇਸ ਤਰ੍ਹਾਂ ਮੈਂ ਸੈਕਸ਼ਨ ਇੱਦਾਂ ਆਪਾਂ ਛੋਟੇ ਛੋਟੇ ਸੈਕਸ਼ਨ ਲਵਾਂਗੇ ਅਤੇ ਉਹਦੇ ਵਿੱਚ ਇੱਦਾਂ ਆਪਾਂ ਟੇਲ ਕੌਮ ਦੀ ਹੈਲਪ ਨਾਲ ਇੱਦਾਂ ਆਪਾਂ ਇੱਕ ਕਲੀਅਰ ਚੁੱਕਾਂਗੇ
चलो आप सिल्वर पेपर लावे अभी तो इदा आप ब्लेंडर यूज करा उपर हेयर से चंगी तरह हाफ इंच व्यूअर रखना स्कैल्प तो क्योंकि बहुत ज़्यादा स्ट्रोंग हों वा की हो तू है बोल दे नहीं है आवाज नहीं होंदी कोई हेलो ओ ते मेरे लिए गरम गरम आन दी आ मैनू पता वा ते पर भांडे का तो भन्ने जान दे ऑल वेखो मिक्स करता आप हेयरस फिर उन्होंने आप कवर कर देंगे हीट वो जो आज आप कवर कर देंगे जिस तरह हीट आऊगी तो फिर हीट के नाल कलर अपना छड़ी जाएंगे हेयर दैन कवर करता आप बॉक्स पार्ट भी करता ही आप थोड़ा खोल के वेखिए कलर अपना होंदा पिया हाँ वेखो चेंज अपना कलर होना स्टार्ट हो गया इदा हौली हौली आपां इहनू खोल खोल के वेखीए ना क्योंकि कई यार ज़्यादा आपां विखाई जाना भी ज़्यादा ना हो जाए थोड़ी थोड़ी हीट आन दी आ वेखो अगे इधर भी आपां फ्रंट करते इधर भी करते आ उपर भी हो गया हुण इधरली साइड अपनी रह गई आ ती चाह पी ली ती चाह पी ली मेरी मेरी कित्थे जे हाँ इत्थे रख दो उदा मैं करके नहीं तो पीनी गर्म करके लिया दिओ फड़ियो नहीं पी ला पहला नहीं मैं कोई ना पी नहीं तो इधर भी आप सैक्शन कर देना हाफ ऑफ ड्राई है मैं तो फिर उन्होंने बैक साइड पर पीला करा ना वो ना काफ़ी वधिया हो जाते बाल सिल्की हो जाते हम फिर इदा ही आप सैक्शन कटा छोटे छोटे हाली हेड स्लीव फिर आप सिल्वर पेपर ला के दैन आप फिर ब्लेंडर लावे ओके चलो हम तुम मिलते सारे ला के फिर दिखाने तुम सारे आप ब्लेंडर लगाता अपने हाईलाइट्स हो चुके हैं वेखो कलर आना स्टार्ट हो गया लाइट लाइट जहा हाँ वेखो इधर भी आवे लाइट कलर आ लग पाया तो हूँ सारा हो जाए तो फिर आप फाइनल लुक विखाने तो उन्ना चेर मैं भी चाह पीना मेरी तो चाह ठंडी हो गई उन्हें पीना हाँ मतलब बंद फिर भी वजी जाता ना तो हम तुम आप मिलते हैं फाइनल लुक के नाल हाईलाइट्स हो गया डन इन्होंने इदा का कलर रखना ही ना ज़्यादा डार्क ना ज़्यादा लाइट तो बहुत सोहने हो बाकी हले वाल जड़े वो गिले आ नहीं तो एंड तक वाल गिले आ तो दस्यो किवें दे होए ये अपना प्रोसैस डन होया हो चुके इधर मीह वाला मौसम भी हो चुके तो खाने कुछ जी कर मानो की खाइए तो भाभी कि हाईलाइट्स ठीक है वेखो फ्रेंड तो किन्ने सोहने लगते ना नीचे करियो सिर इदा हाँ आेखो इदा फाइनल इदा हाईलाइट्स के तो ना पता आप जिन्ना मर्जी डार्क भी कर सकते हैं लाइट भी रख सकते अपने तो डिपेंड हों आप चेक कराई जाना हों भी इन्ना कि ठीक है ज कि भी आ हाईलाइट्स डन हो गए दस्यो किमें लगे तो आप घरें किते वैसे ही शौक जहा चढ़िया ही तो करते क्योंकि सलून मैं थोड़ा चेर हले थोड़ा बंद जहा रखे क्योंकि घर में थोड़ा प्रोग्राम चलन डे आए पापा आए हुए तो सलून से हले टाइम जहाँ लगता तो मैं बच्चों भी छुट्टियां कीतियाँ भी हले
ਥੋੜ੍ਹਾ ਰੈਸਟ ਕਰੋ ਨਾਲੇ ਹੋ ਜਿੱਦਾਂ ਮੈਂ ਕਹਿੰਦੇ ਨਾ ਪਲੱਸ ਟੂ ਤੋਂ ਬਾਅਦ ਬੱਚਿਆਂ ਨੂੰ 15-20 ਦਿਨ ਛੁੱਟੀਆਂ ਪੈ ਜਾਂਦੀਆਂ ਫਿਰ ਐਡਮਿਸ਼ਨ ਕਰਵਾਉਣੀ ਹੁੰਦੀ ਆ ਫਿਰ ਬਾਅਦ 'ਚ ਸਟਾਰਟ ਕਰਦੇ ਆ ਜਾਣੀ ਇੱਦਾਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ 10-15 ਦਿਨ ਰੈਸਟ ਕਰੋ ਅਤੇ ਫਿਰ ਆਪਾਂ ਕੰਟੀਨਿਊ ਕਰਾਂਗੇ ਫਿਰ ਉਹਨਾਂ ਨੂੰ ਵੀ ਨਾਲ ਨਾਲ ਸਾਰਾ ਵਿਖਾਵਾਂਗੇ ਅਤੇ ਵੈਸੇ ਮੈਂ ਤਾਂ ਭਾਬੀ ਵੈਸੇ ਬੈਠੇ ਹੀ ਅਤੇ ਗੱਲਾਂ ਕਹਿੰਦੇ ਮੈਂ ਲਾ ਤੁਹਾਡੇ ਵਾਲ ਕਰਕੇ ਦੇਵਾਂ ਅਤੇ ਫਿਰ ਅਸੀਂ ਵਾਲ ਕਰਤੇ ਅਤੇ ਹੋਪਸ ਉਹ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਸੀਂ ਇੱਦਾਂ ਘੈਂਟ ਘੈਂਟ ਵਲੋਗ ਲਿਆਂਦੇ ਆਵਾਂਗੇ ਭਾਬੀ ਤੂੰ ਖੁਸ਼ ਆ चलो ठीक है व्लॉग लगे इतने एंड कर जे व्लॉग साडा वधिया लग्या होवे लाइक शेयर कमेंट जरूर कर दिओ ते अगे वी आपां कैंड कैंड व्लॉग ब्यूटी दे रिलेटेड भी लैके आवांगे घर दे रिलेटेड भी लैके आवांगे ते फंक्शंस दे रिलेटेड भी लैके आवांगे ते बाय बाय कर दो बाय बाय भाभी नूं लेट सुनिया ते चलो ठीक है फिर बाय मिलदे हां नेक्स्ट व्लॉग चलो कोई गल नहीं चलो ठीक है फिर मिलदे हां नेक्स्ट व्लॉग च बाय।